हो गया। ਤੇ ਜਿਹੜਾ ਤੈਨੂੰ ਕੱਲ 200 ਦਿੱਤਾ ਉਹ
ਜਿਹੜੇ ਕਰਾਏ ਤੇ ਕੱਲ 200 ਦਿਨ 200 ਕਿੱਥੇ ਲਾਏ ਸਾਡੇ ਕੋਲ ਕਰਾਏ ਤੈਨੂੰ ਪਤਾ ਕੁਛ ਕੁੜੀਆਂ ਨੇ ਇੱਦਾਂ ਹੀ ਕੋਈ ਲੋਕ ਉਹਨਾਂ ਕੋਲ ਖਵਾ ਕੋਈ ਨਹੀਂ ਰਿਹਾ ਉਹ ਖਵਾ ਦਿੰਦੇ ਬੜੇ ਮੇਰੀ ਸੁਣ ਗੱਲ ਕੋਈ ਸ਼ਾਹੂਕਾਰ ਦੀ ਧੀ ਨੀ ਆਲੂ ਵਾਲਿਆਂ ਦੀ ਧੀ ਨੀ ਤੂੰ ਜਿਹੜਾ 200-200 ਕੁੜੀਆਂ ਨੂੰ ਖਵਾਉਂਦੀ ਰਹਿੰਦੀ ਆ ਕੋਈ ਕਿਰਾਏ ਜੋ ਕੇ ਮਸਾਂ ਤੈਨੂੰ ਦਿੰਦੇ ਤੈਨੂੰ ਪਤਾ ਸੀ ਕਿੱਦਾਂ ਤੈਨੂੰ ਪੜ੍ਹਾਉਂਦਾ ਹੈ ਚੱਲ ਭਾਬੀ ਮੈਨੂੰ ਛਿੱਟ ਪੈ ਮੈਨੂੰ ਲੇਟ ਹੋਣ ਖੰਡ ਕਰਦੀ ਤੂੰ ਤੇ ਰੋਟੀ ਨਾਲ ਕੀ ਪਾਇਆ ਜੀ ਕਰ ਛੇਤੀ ਦਿਓ ਭਾਬੀ ਛੇਤੀ ਕਰੋ ਥੋੜਾ ਜਿਹਾ ਪੁੱਠੇ ਰਾਹ ਪੈਂਦੀ ਜਾ ਮੇਰੀ ਸੁਣ ਗੱਲ ਉਹਨਾਂ ਕੰਮ ਕਰ ਲੈਂਦਿਆ ਕਰ ਪੰਮਾ ਤੁਰੀ ਜਾ ਤੈਨੂੰ ਕੀ ਗੱਲ ਸਹੇਲੀਆਂ ਦੇ ਨਾਲ ਵੀਰ ਜਾਂਦਾ ਤਾਂ ਹੈਗਾ ਇੱਕ ਦਿਨ ਉਹ ਛੱਡ ਕੇ ਆਉਂਦਾ ਇੱਕ ਦਿਨ ਤਾਪਾ ਛੱਡ ਕੇ ਆਉਣੇ ਤਾਂ ਅੱਜ ਉਹਨੂੰ ਕਹਿ ਛੱਡ ਹੋਊ ਇੱਕ ਦਿਨ ਵੱਧ ਪ੍ਰੋਗਰਾਮ ਕੁੜੀ ਨੂੰ ਕਾਲੇ ਛੱਡ ਆਉਂਦੇ ਤੁਸੀਂ ਛੱਡ ਨਿੱਕੀ ਨੂੰ ਕਹਿ ਦੇ ਮੈਂ ਮੇਰਾ ਗਲਾ ਖਰਾਬ ਮੇਰੇ ਕੋਲ ਨੀ ਛੱਡਣ ਜਾਇਆ ਜਾਣਾ ਮੇਰੀ ਗੱਲ ਸੁਣ ਜਿੱਤਰ ਫਿਰ ਇਹਨੇ ਕੱਢ ਲਿਆ ਵਾ ਅਸਰ ਘਰ ਦੇ ਕੰਮ ਕਾਰ ਨੀ ਸਿਖਾਉਣੇ ਜੇ ਢਾ ਦੋ ਪਰ ਇਹਨੂੰ ਅਗਲੇ ਘਰ ਦੱਸ ਤੁਸੀਂ ਉਹਦੇ ਨਾਲ ਤੁਸੀਂ ਆਪ ਜਾਣਾ ਹੱਜ ਕਰਦੇ ਜੇ ਕੰਮ ਆਊਗੀ ਫੇਰ ਹੀ ਅਗਲਾ ਘਰ ਸਾਂਭੂਗੀ ਜਾ ਕੇ ਏਡੀ ਤੁਸੀਂ ਭੂਏ ਚੜਾਈ ਟੱਕਾ ਭੰਨ ਦੂਰਾਂ ਨੀ ਘਰੇ ਕੰਮ ਦਾ ਕਰਦੀ ਇੱਥੇ ਨਾ ਜਦੋਂ ਕੁਛ ਸਿਖਾਇਆ ਤੇ ਨਾਲ ਅਗਲੇ ਘਰ ਆਪ ਚੱਲ ਜੀ ਚੰਗਾ ਨਾਲ ਜਾ ਛੱਡ ਟਮਣੇ ਤੇ ਚੜ੍ਹ ਕੇ ਬਹਿ ਗਈ ਬੂਹਾ ਨੀ ਖੋਲਦਾ ਹੈਗਾ
ਘੜੀ ਲੰਮੇ ਪਈ ਰਹਿ ਜਾਵਾਂ ਤੇ ਪਾਣੀ ਆਪਣੇ ਫੜ ਕੇ ਪੀ ਲਈ ਨਹੀਂ ਚਿਰ ਉਹ ਬਾਹਰ ਆਈ ਆ ਫੇਰ ਖੋਲੀ ਬੈਠੀ ਮੈਂ ਰੋਟੀ ਨੀ ਪਕਾ ਕੇ ਗਰਮ ਕਰ ਦਿਆ ਕਰ ਕੋਈ ਨੀ ਲੱਗੜੀ ਤੇ ਦੋ ਮਿੰਟ ਲਿਸੀ ਉਹ ਚੱਲੀ ਜਾ ਰੋਟੀ ਖਾ ਜਾ ਕੇ ਭਾਂਡੇ ਭੁੰਡੇ ਮਾਂਜਦੀ ਰੋਟੀ ਵਾਲੇ ਕੁੜੀ ਮੈਂ ਜਾਂਦੀ ਕਿ ਇੱਕ ਦੋਰਾ ਗਈ ਨਹੀਂ
ਤੂੰ ਆਪਣੇ ਵਾਲੇ ਘਰ ਜਾ, ਜੇ ਉਹਨਾਂ ਤੈਨੂੰ ਪੜ੍ਹਾਉਣਾ ਆਇਆ ਨਾ ਤੇ ਉਹਨਾਂ ਤੈਨੂੰ ਪੜ੍ਹਾ ਦੇਣਾ, ਤੇ ਤੂੰ ਨਾ ਇਹਨਾਂ ਦਾ ਇੰਨਾ ਖਰਚਾ ਕਰਾਈ ਆ, ਇਹਨਾਂ ਨੇ ਪਤਾ ਨੀ ਕੀ ਅੱਖਾਂ ਤੇ ਪੱਟੀ ਬੱਚੀ ਆ, ਇਹ ਤੇ ਤੈਨੂੰ ਕੁਛ ਕਹਿੰਦੇ ਨੀ, ਪਰ ਮੈਨੂੰ ਤਾਂ ਸਭ ਕੁਛ ਦਿਸਦਾ ਨਾ ਕਰਦਾ। ਲੈ ਭਾਬੀ ਤੂੰ ਆਪ ਕੀ ਗੱਲ ਕਹਿ ਤੀ, ਉਹਦੇ ਮੇਰੀ ਸਾਰੀ ਸੌਖੀ ਮਾਰ ਤੀ, ਮੈਂ ਰੋਟੀ ਖਾਣੀ ਭਾਬੀ, ਮੈਂ ਨੀ ਵਿਆਹ ਤੇ ਬੁਲਾਉਣਾ, ਮੈਂ ਇਹਦੇ 'ਚ ਪੜ੍ਹਨਾ ਵਾ, ਤੂੰ ਤੇਰੀ ਉਮਰ 3 ਸਾਲਾਂ ਦੀ ਹੋ ਚੱਲੀ ਆ, ਕਮਲ ਕੇ ਚੱਜ ਦਾ ਰਿਸ਼ਤਾ ਨਹੀਂ ਹੋਣਾ, ਭੁੱਲੀ ਗਿਆ ਹੀ ਤੀਆਂ ਦੀ ਉਮਰ 24-25 ਸਾਲ ਬਹੁਤ ਹੁੰਦੀ ਆ, ਤੇ ਤੀਆਂ ਦੇ ਲਾਗੇ ਬੰਨੇ ਹਜੇ 2 ਸਾਲ ਕੋਰਸ ਹੋਰ ਦੱਸਣ ਦੇ ਤੂੰ ਤੇ ਉਹ ਜੁੱਤੇ ਤੇ ਤੀਆਂ 34 ਸਾਲਾਂ ਦੀ ਹੈ, ਲੈ ਮਿਲ ਕੇ ਘਰ ਕਿੱਥੋਂ ਵੇਖਣਾ ਹੈ। ਲੈ ਭਾਬੀ ਹੁਣ ਇੰਨਾ ਬੱਚਾ ਲਾਇਆ ਇਸ ਕੋਰਸ ਵਿੱਚ ਛੱਡਣਾ ਕੀ, ਮੇਰਾ ਕੰਪਲੀਟ ਹੋਇਆ ਪ੍ਰੂਫ ਕਰ, ਕੋਈ ਕਾਗਜ਼ ਭਰਨਾ ਨਾ, ਕੋਈ ਨਾ ਕੋਈ ਨੌਕਰੀ ਦੇ ਦੇ, ਇਹ ਤਾਂ ਕੀ ਫਾਇਦਾ 1 ਸਾਲ ਦੀ ਮਿਹਨਤ ਵਿੱਚ ਰਹਿ ਜਾਣੀ। ਬਸ ਸਾਡਾ ਨਹੀਂ ਸੋਚਣਾ, ਬਸ ਗੱਲ ਕਰ ਕੇ ਸਾਡੇ ਦੇ ਘਰ ਖਰਚਾ ਕਰਾਈ ਨਾ, ਸਾਡੇ ਸਿਰ ਤੋਂ ਕਰਜ਼ਾ ਚੜਾ ਕੇ ਛੱਡ, ਸਾਡਾ ਨਹੀਂ ਸੋਚਣਾ। ਨਾਲੇ ਅੱਗੇ ਕਿਹੜਾ ਮੰਨੀ ਜਿਹੜੀਆਂ ਹੁਣ ਮੰਨਣੀਆਂ, ਵੰਡ ਸਬੰਧੀਆਂ ਜਿਹੜੀਆਂ ਗੱਲਾਂ ਕਹੀਆਂ ਤੇਰੇ ਨਾਲ ਪੂਰੀਆਂ ਕਰਦੇ ਝੱਟੇ ਤੇ ਦੇ ਨਹੀਂ, ਮੇਰੀ ਗੱਲ ਨਹੀਂ ਦਾਰੀ ਕਰਦੀ। ਮੈਂ ਨਹੀਂ ਚਾਹ ਬਣਾਉਣੀ, ਚਾਹ ਬਣਾ ਕੇ ਲਿਆ, ਮੈਂ ਤਾਂ ਤੈਨੂੰ ਆਪ ਕਿਹਾ ਵੀ ਚਾਹ ਬਣਾ ਕੇ ਲਿਆ, ਮਿੰਟ ਮਾਰ ਚੱਲ ਫਿਰ ਭਾਬੀ ਮੈਂ ਚਾਹ ਬਣਾ ਲਿਆ ਹੁੰਦੀ ਹਾਂ, ਪਰ ਹਾਂ ਨਾ ਲਿਆ ਤਾਂ ਗੱਲ ਤੂੰ ਅੱਜ ਨਹੀਂ ਮੇਰੇ ਨਾਲ ਰਹਿਣਾ ਕੋਈ ਯਾਰ। ਨਹੀਂ ਨਹੀਂ ਵਿਆਹ ਤਾਂ ਬਹੁਤ ਤੇਰਾ ਕਰਨਾ, ਵਿਆਹ ਤੋਂ ਬਿਨਾਂ ਨਹੀਂ ਸਰਦਾ, ਭਾਬੀ ਨੂੰ ਕੀ ਹੋ ਗਿਆ, ਭਾਬੀ ਨੇ ਕਿਸੇ ਦੀਆਂ ਗੱਲਾਂ ਚਾਹੀ ਭਾਬੀ ਅੱਗੇ ਤੇ ਬਥੇਰਾ ਕਰਦੀ ਸੀ, ਅੱਜ ਪਤਾ ਨੀ ਭਾਬੀ ਨੇ ਕਰ ਲੱਗੀ। ਪ੍ਰੋਗਰਾਮ ਸੀ ਸਾਡੇ ਸਕੂਲੇ ਨਿਕਲ ਗਿਆ ਸੂਟ ਲਾਂਗੀਆ ਦੇਖੀਆ ਜਾ। ਹਾਂ ਇਹ ਨਹੀਂ ਕੁੜੀਏ ਤੋਂ ਤੇ ਨਹੀਂ ਰਹੀ ਖਰਚੇ ਦਾ ਘਰ ਹੈ, ਕੋਈ ਨਹੀਂ ਬਥੇਰੇ ਸੂਟ ਲੈ ਕੇ ਸੂਟ ਦੇ ਗ੍ਰੀਨ ਸਵਾ ਤੇ ਰੈਡ ਸ਼ਰਟ ਵੀ ਚਾਹੀਦੀ।
ਮੈਨੂੰ ਵੀ ਨਾਲ ਦਿਮਾਗ ਮੇਰਾ ਵੀ ਖਰਾਬ ਕਰਤਾ ਕੋਈ ਕੋਲੋ ਫੁਲ ਕੇ ਲਾ ਦੇ ਨਿਆਣੇ ਆ ਘਰਾਂ ਦੇ ਸਤਾਉਣ ਵਾਲੇ ਓਵੇਂ ਵਿਚਾਰੇ ਨਵਾਉਣ ਵਾਲੇ ਆ ਲਿਬੜੇ ਮੋਵੇਂ ਪਾ ਕੇ ਆਈ ਉਹਨਾਂ ਨੂੰ ਮੰਜੀ ਤੇ ਨਿਆਣਿਆਂ ਨੂੰ ਕੋਈ ਮਾੜੀ ਮੋਟੀ ਸ਼ਰਮ ਕਰ ਲਿਆ ਕਿ ਕੋਲੋ ਨਿਆਣੇ ਨਵਾ ਦੇ ਕੋਈ ਕੱਪੜੇ ਧੋ ਦੇ ਕੁਛ ਨੀ ਤੂੰ ਕਰਦੀ ਗੀ ਇੰਨਾ ਕੀ ਅੰਦਰ ਤੂੰ PhD ਕਰਨ ਦਈ ਆ ਕੱਖ ਨੀ ਤੈਨੂੰ ਮਿਲਣਾ ਨਾ ਕੋਈ ਨੌਕਰੀ ਮਿਲਣੀ ਨਾ ਕੋਈ ਕੁਛ ਮਿਲਣਾ ਕਰਕੇ ਨਾ ਟਾਈਮ ਨਾ ਖਰਾਬ ਕਰੀ ਜਾਇਆ ਕਰ ਕੰਮ ਤੋਂ ਬਚਣ ਦੀ ਮਾਰੀ ਤੂੰ ਬਹਾਨੇ ਬਣਾਏ ਆ ਆ ਕਿਤਾਬਾਂ ਕਤੂਬਾਂ ਵਾਲੇ ਤੂੰ ਤੇਰਾ ਵੀ ਮੈਂ ਹੀਲਾ ਕਰਦੀ ਤੈਨੂੰ ਵੀ ਮੈਂ ਧੋਤੀ ਪੜ੍ਹ ਲਈ ਕਿਤਾਬਾਂ ਨੂੰ ਰੱਖ ਕੇ ਤੇ ਜਾ ਤੈਨੂੰ ਫੁਲਕੇ ਲਾ 15 ਮਿੰਟ ਮੈਨੂੰ ਪੜ੍ਹ ਲੈਣ ਦੋ ਫਿਰ ਮੈਂ ਕਰਦੀ ਹਾਂ ਫਿਰ ਮੈਂ ਰੋਟੀ ਬਣਾ ਦੇਣੀ ਹੈ ਤੁਹਾਡੇ ਲਾਗੋ ਥੋੜਾ ਸਿਲੇਬਸ ਹੈ ਮੇਰਾ ਮੈਂ ਥੋੜ੍ਹਾ ਜਿਹਾ ਕਰ ਲਵਾਂ ਦੱਸ ਤੂੰ ਕੰਮ ਨਹੀਂ ਕਰਦੀ ਘਰ ਨਹੀਂ ਕਰਦੀ ਮੇਰੇ ਮਾਂ ਨਾਲ ਬੈਠੀ ਰਹਿੰਦੀ ਹੈ ਕਿੰਨਾ ਕਿਹਦੇ ਨਾਲ ਮੈਂ ਲੜੀ ਜਾਇਆ ਕਰਾਂ ਮੇਰਾ ਤਾਂ ਸਿਰ ਧੋਣ ਡਹਿ ਪੈਂਦਾ ਇੱਡੀ ਮਿੱਟੀ ਢੀਠ ਦੀ ਕਿਤੇ ਨਾ ਮੈਂ ਨਹੀਂ ਕੰਨਾਂ ਹੀ ਇਹਦੀਆਂ ਛੱਡਦੀ ਇੰਨਾ ਕੁੱਤੇ ਵਾਂਗੂ ਭੌਂਕਦੀ ਇਹਨੂੰ ਅਸਰ ਹੀ ਨਹੀਂ ਹੁੰਦਾ ਗਾ ਇਹ ਆਪਣੀ ਮਰਜ਼ੀ ਕਰਦੀ ਹੈ ਦੱਸ ਇੰਨਾ ਪੜ੍ਹ ਲਿਖ ਕੇ ਮੇਰੇ ਹੱਥ 'ਤੇ ਤਨਖਾਹ ਰੱਖਣੀ ਉਹ ਤਾਂ ਅਗਲਿਆਂ ਦੇ ਜਾ ਕੇ ਰੱਖਣਗੇ ਉਹਨਾਂ ਜੋਗੀ ਮੈਂ ਪੜ੍ਹਾਉਂਦਾ ਹੀ ਇਹਨੂੰ ਕਿਤੇ ਆਪ ਚੱਜ ਦਾ ਲੀੜਾਂ ਦਾ ਸਾਰੀ ਉਮਰ ਪਾ ਕੇ ਦੇਖਿਆ ਨਿਆਣੇ ਮੇਰੇ ਨਿੱਕੇ ਨਿੱਕੇ ਜੇ ਵਿਚਾਰਿਆਂ ਦੀ ਦਵਾਈ ਲਿਆਉਣ ਵਾਲੀ ਆ ਪਤਾ ਨਹੀਂ ਕੀ ਉਹਨਾਂ ਦੇ ਪਿੰਡੇ 'ਤੇ ਨਿਕਲਿਆ ਉਹ ਨਹੀਂ ਮੇਰੇ ਕੋਲ ਆਉਣ ਦਾ ਹੀ ਪੈਸੇ ਮੰਗ ਲੈਂਦੀ ਹੈ ਅਤੇ ਇਹਨੂੰ ਮੈਡਮ ਨੂੰ ਜਦੋਂ ਫੀਸ ਚਾਹੀਦੀ ਹੁੰਦੀ ਝੱਟ ਦੇ ਦਿੰਦੇ ਆ ਇਹਦਾ ਨਾ ਮੈਂ ਕੋਈ ਨਾ ਕੋਈ ਹੱਲ ਕਰਦੀ ਹਾਂ ਕਿ ਮੈਂ ਪੁੱਤ ਇੰਨੀ ਗਵਾਂਢ ਨੂੰ ਉਹ ਕਿਤੇ ਰਿਸ਼ਤੇ ਦੀ ਦੱਸ ਪਾਉਂਦੀ ਵੀ ਮੈਨੂੰ ਦੱਸ ਮੁੰਡਾ ਅਤੇ ਇਹਦਾ ਤਾਂ ਵਫਾਏ ਚੜ੍ਹ ਇੰਨਾ ਨਹੀਂ ਕਰਨਾ ਹੈਗਾ ਇਹ ਤਾਂ ਇੱਡੇ ਕਿਤੇ ਦੋਵੇਂ ਭਰਾ ਕਿਤੇ ਬੌਂਗੇ ਜੇ ਨਾ ਕਿ ਸੁਣਦੇ ਨਾ ਗਿਣਦੇ ਕਿਸੇ ਦੀ ਉਹਦੇ ਨਾਲ ਕਰਕੇ ਉਹ ਨਹੀਂ ਗੱਲ ਤੂੰ ਮੈਨੂੰ ਰਿਸ਼ਤੇ ਦੀ ਦੱਸ ਪਾਈ ਸੀ ਅਤੇ ਮੈਨੂੰ ਬੁਲਾ ਕਰ ਗੱਲ ਤੋਰ ਤੋਂ ਲਿਆਉਣ ਦਫਾ ਕਰਕੇ ਆਪੇ ਪੜ੍ਹਾਉਣਾ ਹੋਊਗਾ ਤਾਂ ਅਗਲੇ ਘਰ ਵਾਲੇ ਪੜ੍ਹਾਉਣਗੇ ਜਿੰਨਾ ਤਨਖਾਹਾਂ ਲੈਣੀਆਂ ਕਿ ਤਨਖਾਹਾਂ ਮੈਂ ਲੈਣੀਆਂ ਵਾ ਕੰਮ ਕਿਤੇ ਇੱਕ ਕਰੀਦਾ ਅਤੇ ਦੂਜਾ ਤਿਆਰ ਹੁੰਦਾ ਦੂਜਾ ਕਰੀਦਾ ਤੀਜਾ ਤਿਆਰ ਹੁੰਦਾ ਹੈ ਨਹੀਂ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਤਾਂ ਮੈਂ ਆਖਿਆ ਫੁਲਕੇ ਲਾ ਹੈ ਉਹ ਤੋਂ ਅੱਧੀ ਰਾਤ ਹੁੰਦੀ ਨਿਆਣੇ ਰੋਟੀ ਮੰਗਣ ਦੇ ਤੇਰੀਆਂ ਕਾਪੀਆਂ ਪੈਨਸਲਾਂ ਨੂੰ ਨਹੀਂ ਅੱਗ ਲੱਗਦੀ ਗੀ ਭਾਬੀ ਜੀ ਮੈਂ ਤੈਨੂੰ ਆਖ ਨਹੀਂ ਦੇਈ ਕਿ ਮੈਂ ਪਕਾ ਨਹੀਂ ਤੈਨੂੰ ਸ਼ਰਮ ਨਹੀਂ ਆਉਂਦੀ ਤਰਸ ਨਹੀਂ ਆਉਂਦੀ ਮਾਸਾ ਮਾਸਾ ਦਿੰਦੇ ਮੇਰੇ ਨਿਆਣੇ ਪੁੱਤਰ ਵੇ ਮੈਂ ਕਿੱਥੇ ਪਾਏ ਆ ਤੇ ਤੂੰ ਹੁਣ ਰੋਟੀ ਮੈਂ ਰੋਟੀ ਕਰਦਾ ਮੰਮਾ ਰੋਟੀ ਮੰਮਾ ਰੋਟੀ ਕਿੱਥੋਂ ਮੈਂ ਰੋਟੀ ਦੇਵਾਂ ਉਹਦਾ ਮੇਰੇ ਤਾਂ ਹੋਰ ਨਹੀਂ ਕੰਮ ਨਿਬੜਦੇ ਕਿਤੇ ਨਿਆਣਿਆਂ ਨੇ ਕੋਲੋਂ ਰੋਟੀ ਪਾ ਕੇ ਖਵਾ ਦਿਆ ਕਰ ਕਦੇ ਫੁਲਕੇ ਕੋਲੋਂ ਲਾ ਦਿਆ ਕਰ ਰਾਤ ਨੂੰ ਪੜ੍ਹ ਮਾਰ ਰਹੇ ਰਾਤ ਨੂੰ ਕਿਹੜਾ ਤੂੰ ਤੇਰਾ ਬਾਹਰ ਚੱਕਰ ਘਟਨਾ ਵਾ ਚਲੋ ਠੀਕ ਆ ਭਾਬੀ ਜੀ ਫਿਰ ਮੈਂ ਪਹਿਲਾਂ ਪਕਾ ਦੇ ਫੁਲਕੇ ਲਾ ਮੈਂ ਨਿਆਣਿਆਂ ਨੂੰ ਰੋਟੀ ਖਵਾਉਣ ਨਾਲੇ ਮੈਂ ਨਿਆਣਿਆਂ ਨੂੰ ਨਵਾਵਾਂ ਧਵਾਵਾਂ ਵਿਚਾਰਿਆਂ ਨੂੰ ਚਲੋ ਠੀਕ ਆ ਪਹਿਲਾਂ ਪਕਾ ਦੇ ਛੇਤੀ ਆ ਜਾ ਹੁਣ ਅੰਦਰ ਕਿਤਾਬਾਂ ਰੱਖਣ ਗਈ ਨਾ ਜਾ ਕੇ ਬਹਿ ਜੀ ਨਿਆਣੇ ਰੋਟੀ ਮੰਗਣ ਦਏ ਆ ਕਦੇ ਇਹਦੇ ਮੇਰੇ ਨਿਆਣੇ ਰੋਟੀ ਰੋਟੀ ਵਿਚਾਰੇ ਕਰਨ ਦਏ ਤੇ ਇਹਦੇ ਜੋਗਾ ਸਭ ਕੁਛ ਹੈਗਾ ਤੇ ਮੇਰੇ ਪੁੱਤਾਂ ਜੋਗਾ ਕੱਖ ਵੀ ਨਾ ਕਿਸੇ ਦਵਾਈ ਨਾ ਕੁੱਤੀ ਬਾਅਦ ਚ ਪੁੱਤ ਰੋਟੀ ਖਾਣੀ ਆ ਭੁੱਖ ਲੱਗੀ ਸੀ ਪਹਿਲਾਂ ਨਿਆਣੇ ਵਿਚਾਰੇ ਫੋਨ ਦੇ ਆਰੇ ਲਾਤੇ ਆ ਤੇ ਫੋਨ ਦੇ ਆਰੇ ਲੱਗ ਗਏ ਵੇ ਨਿਆਣੇ ਵਿਚਾਰੇ ਦੇ ਕੀ ਹੋਇਆ ਕਿਤੇ ਦਵਾਈ ਬੂਟੀ ਨਹੀਂ ਆਉਣ ਦਈ ਜੀ ਇਹਦੇ ਜੋਗੀ ਆਪਣੀਆਂ ਪੜ੍ਹਾਈਆਂ ਦੇ ਖਰਚੇ ਕਿਤੇ ਮਾਣ ਨਹੀਂ ਸਿਆਪਾ ਹੀਰਿਆਂ ਵਰਗੇ ਮੇਰੇ ਪੁੱਤਰ ਰੋਣ ਦਏ ਆ ਲੋਕੀ ਦੇ ਪੁੱਤਾਂ ਨੂੰ ਤਰਸਦੇ ਤੇ ਮੈਨੂੰ ਤਾਂ ਰੱਬ ਨੇ ਦਿੱਤੇ ਤੇ ਮੇਰੇ ਰੋਂਦੇ ਫਿਰਦੇ ਤੇ ਕਿਸ ਬਾਤ ਪਿੱਛੇ ਕਿੱਥੇ ਜੰਮਣੀ ਜੰਮ ਚ ਸਾਡੇ ਘਰੇ ਜੰਮ ਕੇ ਤੇ ਆਪ ਮਰ ਗਈ ਪੁੱਤ ਰੋਟੀ ਖਾਣੀ ਮੇਰੇ ਪੁੱਤੂ ਨਹਾਈਏ ਆਪਾਂ ਹੈਂ ਰੋਟੀ ਖਾਣੀ ਹੁਣ ਤੁਹਾਡੀ ਭੂਆ ਨੂੰ ਕਿਹਾ ਪਕਾ ਪਕਾਉਂਦੀ ਤੇ ਮੈਂ ਤੁਹਾਨੂੰ ਰੋਟੀ ਖਵਾਉਣੀ ਮੇਰੇ ਪੁੱਤ
ਨਿਆਣੇ ਚਰਨ ਫੋਨ ਦੇ ਕੇ ਘੜੀ ਲਗਾ ਦਿੰਦੀ ਕੀ ਕੰਦਾ ਕਰ ਨੀ ਪਕਾ ਰੋਟੀ ਹਜੇ ਤੂੰ ਬਾਹਰ ਹੀ ਨੀ ਨਿਕਲੇਗੀ ਜ਼ਰੂਰ ਕਿਸੇ ਦੀ ਪੁੱਠੀ ਮੱਥੇ ਚੜ ਗਈ ਆ ਭਾਬੀ ਮੈਨੂੰ ਪਤਾ ਲਾਉਣਾ ਹੀ ਪੈਣਾ ਵਾ ਕੀ ਚੱਕਰ ਹੈ ਭਾਬੀ ਪਹਿਲਾਂ ਤਾਂ ਬੜਾ ਕਰਦੀ ਸੀ ਹੁਣ ਤਾਂ ਮੈਨੂੰ ਬਿਲਕੁਲ ਵੀ ਨਹੀਂ ਪੜ੍ਹਨ ਦਿੰਦੀ ਜੇ ਮੈਂ ਪੜ੍ਹੂੰਗੀ ਨਾ ਤੇ ਕਿਵੇਂ ਪਾਸ ਹੋਊਂਗੀ ਕੀ ਮੇਰਾ ਰਿਜ਼ਲਟ ਆਊਗਾ 2 ਸਾਲ ਹੁਣ ਇਹ ਤਾਂ ਭਾਬੀ ਕੰਪਲੀਟ ਕਰਨ ਦੇਵੇ ਆਪੇ ਭਾਬੀ ਨੇ ਮੈਨੂੰ ਪਹਿਲਾਂ ਕਿਹਾ ਸੀਗਾ ਕਿ ਤੂੰ ਆਪਣਾ ਕੋਰਸ ਪੂਰਾ ਕਰ ਲੈ ਪਰ ਹੁਣ ਭਾਬੀ ਨੂੰ ਪਤਾ ਨਹੀਂ ਕੀ ਹੋ ਗਿਆ ਵੀਰੇ ਨਾਲ ਗੱਲ ਕਰੂੰ ਵੀਰੇ ਨਾਲ ਗੱਲ ਕਰਕੇ ਵੇਖੂੰਗੀ ਕਿ ਵੀਰੇ ਭਾਬੀ ਕਿਉਂ ਇੱਦਾਂ ਕਰਦੀ ਹੈ ਜੀਵ ਨਹੀਂ ਕਰਦਾ ਜੇ ਵੀਰਾ ਕੁਛ ਭਾਬੀ ਨੂੰ ਕਹੂਗਾ ਤਾਂ ਵੀ ਦੁੱਖ ਆਪ ਨੂੰ ਹੀ ਆਉਣਾ ਭਾਬੀ ਤਾਂ ਮੇਰੀ ਆ ਅਤੇ ਭਾਬੀ ਦੇ ਵੱਸ ਦਾ ਰੋਗ ਨਹੀਂ ਗਾ ਭਾਬੀ ਜ਼ਰੂਰ ਕਿਸੇ ਦੇ ਪੁੱਠੀ ਮੱਤੇ ਲਾ ਦਿੰਦੀ ਆ ਚਲੋ ਨਮਨਾ ਚੱਲ ਕੋਈ ਨਹੀਂ ਗਾ ਰੋਟੀਆਂ ਭਾਬੀ ਕੋਲ ਪਕਾ ਦਿੰਦੀ ਹਾਂ ਫਿਰ ਰਾਤ ਨੂੰ ਪੜ੍ਹਨੂੰਗੀ ਲੇਟ ਸੌਂਦੂੰਗੀ ਥੋੜ੍ਹੀ ਤੋਂ ਚਲ ਦੋ ਚਿਰ ਫੁਲਕ ਪਕਾ ਦਿੰਦੀ ਲੱਭ ਦੂੰਗੀ ਫਿਰ ਭਾਬੀ ਅੱਗੇ ਤਾਂ ਮੈਨੂੰ ਕਦੀ ਨਹੀਂ ਆਉਂਦੀ ਰੋਟੀਆਂ ਪਕਾ ਦਿੱਤੀਆਂ ਤੂੰ ਆਪਣਾ ਕੰਮ ਵੇਖ ਤੂੰ ਆਪਣਾ ਬਸ ਵਧੀਆ ਨੰਬਰ ਲਵੀ ਆਪਣੇ ਕਿਸ ਕੰਮ 'ਤੇ ਲੱਗ ਜਾ ਕੋਈ ਇਹ ਨਾ ਖੁਦ ਤੇਰੀ ਮਾਂ ਹੀ ਪਰ ਹੁਣ ਭਾਬੀ ਨੂੰ ਕਿਉਂ ਨਹੀਂ ਸੋਚ ਆਉਂਦੀ ਮੈਨੂੰ ਪੜ੍ਹਨ ਡਾਉਣਾ ਵਾ ਜਾਂ ਕਿੱਦਾਂ ਵਾ ਕੋਈ ਸਮਝ ਨਹੀਂ ਆਉਂਦੀ ਚੱਲ ਮੈਂ ਨਾ ਰੋਟੀਆਂ ਤਾਂ ਪਕਾ ਕੇ ਦੇਵਾਂ ਭਾਬੀ ਕਿਹੜੀ ਗੱਲ ਫੜ ਕੇ ਪਤਾ ਨਹੀਂ ਕਿਹੜੀ ਉਮਰੀ ਅਫਸਰ ਦੀ ਵੱਡੀ ਕੁਰਸੀ ਤੇ ਬਹਿਣਾ ਪੜਨਾ ਜਿਹੜੀਆਂ 24 ਘੰਟੇ ਕਿਤਾਬਾਂ ਹੀ ਨਹੀਂ ਛੱਡਦੀ ਨਿਆਣੇ ਨਿੱਕੇ ਨਿੱਕੇ ਖੇਡਦੇ ਫਿਰਦੇ ਕੋਈ ਚੀਜ਼ ਹੀ ਨਿਕਲ ਆਉਂਦੀ ਆ ਹਾਂ ਕੀ ਕਰਦੇ ਆਏ ਤੁਸੀਂ ਅੱਛਾ ਹੋਰ ਨੋ ਠੀਕ ਠਾਕ ਤੇਰੀ ਠੀਕ ਆ ਤੁਹਾਡੇ ਕੋਲ ਜਾਣ ਜਾਣ ਕਰਦੀ ਰਹੀ ਆ ਮੇਰੇ ਕੋਲ ਟਾਈਮ ਹੀ ਨਹੀਂ ਲੱਗਾ ਘਰੇ ਤੁਸੀਂ ਇੱਕ ਰਿਸ਼ਤੇ ਦੀ ਦੱਸ ਪਾਉਂਦੇ ਸੀ ਨਾ ਸਾਡੀ ਕੁੜੀ ਵਾਸਤੇ ਤੇ ਉਹ ਮੁੰਡਾ ਭਲਾ ਵਿਆਹਿਆ ਗਿਆ ਕਿ ਨਹੀਂ ਅਜੇ ਤਾਈ ਜੀ ਮੰਨਣਾ ਕੀ ਸੀ ਐਵੇਂ ਮੇਰੀ ਅਕਲ ਤੇ ਪੜਦਾ ਪੈ ਗਿਆ ਤੇ ਮੈਂ ਹਾਂ ਨਾ ਕੀਤੀ ਹਜੇ ਕਿਹੜਾ ਇਹਦੇ ਦੋਵੇਂ ਭਰਾ ਮੰਨਦੇ ਆ ਪੜ੍ਹਾਈ ਜਾਂਦੇ ਪੜ੍ਹਾਈ ਵੇਖੋ ਤਾਈ ਜੀ ਤੁਸੀਂ ਆਪ ਸਿਆਣੇ ਇਹਨੇ ਗਾਂਹ ਪੜ੍ਹ ਲਿਖ ਕੇ ਇਹਨੇ ਕਿਹੜਾ ਤਨਖਾਹ ਮੇਰੇ ਹੱਥ 'ਤੇ ਧਰ ਦੇਣੀ ਆ ਬਗਾਨਿਆਂ ਨੂੰ ਹੀ ਦੇਣੀ ਆ ਨਾ ਤੇ ਮੈਂ ਆ ਕੇ ਤੇ ਗਲੋਂ ਲਾਈਏ ਇਹਨੂੰ ਮੇਰੇ ਕਿਹੜਾ ਨੇ ਹੱਥੇ ਤਨਖਾਹ ਧਰਨੀ ਆਹੋ ਦੱਸ ਪਾਇਓ ਚੰਗਾ ਹੀ ਆਏ ਚੰਗਾ ਹੀ ਕਰੇ ਹੋਰ ਤਾਈ ਆਖਰਾਂ ਦਾ ਖਰਚਾ ਵਾ ਇੱਕ ਕੁੜੀ ਦੇ ਪੜ ਮੈਂ ਆਹ ਕਰਨਾ ਮੈਂ ਉਹ ਕਰਨਾ ਟੱਕਾ ਭੰਨ ਦੋਹਰਾ ਤਾਈ ਕੋਲ ਕੰਮ ਦਾ ਨਹੀਂ ਕਰਦੀ ਨਿੱਕੇ ਨਿੱਕੇ ਮੇਰੇ ਨਿਆਣੇ ਹੀ ਆਵੇ ਫੋਨ ਦੇ ਕੇ ਮੈਂ ਭਾਏ ਰੋਟੀ ਰੋਟੀ ਕਰਨ ਦਾ ਤੇ ਹੁਣ ਇਹਨੂੰ ਮੈਂ ਰੋਟੀਆਂ ਲਾਉਣ ਦਾ ਏ ਵੀ ਰੋਟੀਆਂ ਲਾ ਤੇ ਮੇਰੇ ਤਾਈ ਜੀ ਬਣ ਕੇ ਨਾ ਤੁਸੀਂ ਤੇ ਮੈਨੂੰ ਦੱਸ ਪਾਓ ਕੋਈ ਨੀ ਇਹਨੂੰ ਆਪਾਂ ਤੋਰੀਏ ਦਫਾ ਕਰਕੇ ਇੱਥੋਂ
ਜਰੂਰ ਦੱਸ ਪਾਇਓ ਠੀਕ ਹੈ। ਨਹੀਂ ਨਹੀਂ ਪਾ ਦੋ ਤਾਈ, ਚਾਰ ਕਿੱਲੇ ਵੀ ਬਥੇਰੇ ਆ, ਹੋਰ ਇਹਨੂੰ ਕਿਤੇ ਹੈ ਵੀ ਤੇ 100 ਦੇ ਜਿਹਨੂੰ ਮੁਰੱਬੇ ਆਉਂਦੇ ਉਹਦੇ ਨਾਲ ਵੀ ਆਉਂਦੇ ਹੀ ਆ, ਚਾਰ ਕਿੱਲੇ ਵੀ ਬਥੇਰੀ ਆ। ਆਪੇ ਤੁਸੀਂ ਆਪੇ ਪੜ੍ਹਦੀ ਮਰਦੀ ਜੇ ਇਹਨੂੰ ਪੜ੍ਹਾਉਣਾ ਹੋਊਗਾ ਤੇ ਪੜ੍ਹਾ ਲੈਣਗੇ, ਤੁਸੀਂ ਗੱਲ ਤੋਰੋ ਕੋਈ ਨੀ, ਮੈਂ ਆਪਾਂ ਵੇਖ ਵਿਖਾਈ ਕਰਕੇ ਤੇ ਇਹਦਾ ਵਿਆਹ ਕਰਕੇ, ਜੇ ਉਹ ਚੁੰਨੀ ਚੜਾਵਾ ਆਖਣਗੇ ਨਾ ਤੇ ਆਪਾਂ ਚੁੰਨੀ ਚੜਾਵਾ ਹੀ ਕਰ ਦਾਂਗੇ। ਹਾਂ ਜੇ ਤਾਂ ਤੁਸੀਂ ਨਾ ਵਿਆਹ ਵਿਉਹ ਦਾ ਆਖਿਓ, ਜੇ ਉਹ ਤੁਹਾਨੂੰ ਚੁੰਨੀ ਚੜਾਵਾ ਆਖਣਗੇ ਚੁੰਨੀ ਚੜਾਵਾ ਹੀ ਕਰ ਦਾਂਗੇ, ਉਹੀ ਖਰਚਾ ਬਚ ਜੂ। ਹੋਰ ਇੰਨਾ ਖਰਚਾ ਵਾਰਾ ਕਿੱਥੋਂ ਖਾਣਾ ਆਪਾਂ ਰੋਟੀ ਪਾਣੀ ਦਾ। ਚੰਗਾ ਆ ਤਾਈ ਇੱਥੇ ਹੀ ਆ ਗਈ ਘਰੇ, ਮੈਨੂੰ ਉਹਨਾਂ ਦੇ ਘਰ ਵੀ ਨੀ ਜਾਣਾ ਪਿਆ, ਜੇ ਤੇ ਵਿਚਾਰੀ ਅੱਗੇ ਵੀ ਮੈਨੂੰ ਦੱਸ ਪਾਉਂਦੀ ਤੇ ਉਦੋਂ ਮੈਂ ਜਵਾਬ ਦੇ ਬੈਠੀ, ਹੁਣ ਨੀ ਮੈਂ ਦੇਣਾ, ਹੁਣ ਤੇ ਜਾਊ ਇਹ ਭਾਬੀ ਜੀ। ਰੋਟੀ ਬਣ ਗਈ, ਬੱਚਿਆਂ ਨੂੰ ਫੜਾਈ ਜਾਓ।